ਬੀਬੀ ਹਰਸਿਮਰਤ ਕੌਰ ਨੇ ਨਾਰੀ ਸ਼ਕਤੀ ਕਲੱਬ ਦਾ ਕੀਤਾ ਗਠਨ ਤੇ ਉਹਦੇ ਵਿੱਚ ਕੀ ਕੀ ਮੁੱਦੇ ਰੱਖੇ ਦੇਖੋ ਆ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਇਸਤਰੀ ਵਿੰਗ ਦੀ ਮੀਟਿੰਗ ਸੀਗੀ ਆਪਾਂ ਸਾਰੇ ਜਾਣਦੇ ਹਾਂ ਕਿ ਦੇਸ਼ ਦੀ ਤੇ ਸੂਬੇ ਦੀ 50% ਆਬਾਦੀ ਬੀਬੀਆਂ ਦੀ ਹੁੰਦੀ ਹੈ ਤੇ ਨਾਰੀ ਸ਼ਕਤੀ ਇੰਨੀ ਤਕੜੀ ਹੁੰਦੀ ਹੈ ਕਿ ਇਹ ਸਾਰੇ ਪਰਿਵਾਰ ਨੂੰ ਚਲਾਉਂਦੀ ਹੈ ਤੇ ਮੈਂ ਤਾਂ ਸਮਝਦੀ ਸਾਰੇ ਸਮਾਜ ਨੂੰ ਵੀ ਚਲਾਉਂਦੀ ਹੈ ਹਰੇਕ ਧਰਮ 'ਚ ਸਤਿਕਾਰ ਹੀ ਬੀਬੀਆਂ ਦਾ ਇਸ ਕਰਕੇ ਹੁੰਦਾ ਹੈ ਕਿਉਂਕਿ ਉਹਨਾਂ ਦਾ ਯੋਗਦਾਨ ਬਹੁਤ ਵੱਡਾ ਹੁੰਦਾ ਹੈ ਅਤੇ ਸਿਆਸਤ 'ਚ ਖਾਸ ਤੌਰ 'ਚ ਦੇਖਿਆ ਜਾਂਦਾ ਹੈ ਕਿ ਬੀਬੀਆਂ ਨੂੰ ਨਾ ਤਾਂ ਪੂਰਾ ਬਰਾਬਰੀ ਦੀ ਨੁਮਾਇੰਦਗੀ ਮਿਲਦੀ ਹੈ ਨਾ ਉਹਨਾਂ ਦੀ ਪੁੱਛਗਿੱਛ ਹੁੰਦੀ ਹੈ ਲੇਕਿਨ ਇਹਨਾਂ ਹਾਲਾਤਾਂ ਦੇ ਬਾਵਜੂਦ ਵੀ ਇਹੋ ਜਿਹੀ ਕਮਿਟਡ ਬੀਬੀਆਂ ਪੀੜ੍ਹੀ ਦਰ ਪੀੜ੍ਹੀ ਜਿਹੜੇ ਫਿਰ ਵੀ ਪਾਰਟੀ ਦੀ ਸੋਚ ਦੇ ਨਾਲ ਨਾ ਉਹਨਾਂ ਦੀ ਪਹਿਚਾਣ ਨਾ ਉਹਨਾਂ ਨੂੰ ਕੋਈ ਅਹੁਦਾ ਨਾ ਉਹਨਾਂ ਨੂੰ ਕੋਈ ਤਨਖਾਹ ਨਾ ਕੁਛ ਲੇਕਿਨ ਫਿਰ ਵੀ ਆਪਦਾ ਜੀਵਨ ਅਰਪਣ ਕਰਦੀ ਹੈ ਪਾਰਟੀ ਨੂੰ ਤਕੜਾ ਕਰਨ ਵਾਸਤੇ ਅੱਜ ਕੋਸ਼ਿਸ਼ ਆਹੀ ਸੀ ਕਿ ਪੂਰੇ ਪੰਜਾਬ ਭਰ ਤੋਂ ਜਿਹੜੇ ਸਾਡੇ ਅਹੁਦੇਦਾਰ ਹੈਗੇ ਆ ਉਹਨਾਂ ਸਾਰਿਆਂ ਨੂੰ ਇਕੱਠਾ ਹੋ ਕੇ ਆਪਾਂ ਅਕਾਲੀ ਦਲ ਨੂੰ ਹੋਰ ਕਿਵੇਂ ਮਜ਼ਬੂਤ ਕਰੀਏ ਕੀ ਸਮੱਸਿਆਵਾਂ ਹੈਗੀਆਂ ਉਹਨਾਂ ਦਾ ਹੱਲ ਕਿਵੇਂ ਕਰੀਏ ਅਤੇ ਅੱਗੇ ਦੀ ਰਣਨੀਤੀ ਕਿਵੇਂ ਕਰੀਏ ਅੱਜ ਇਹ ਪਹਿਲੀ ਬੈਠਕ ਸੀਗੀ ਤਾਂ ਮੈਂ ਮਾਣ ਨਾਲ ਕਹਿ ਸਕਦੀ ਹਾਂ ਕਿ ਜਿੰਨਾ ਜੋਸ਼ ਅਤੇ ਜਜ਼ਬਾ ਅਤੇ ਕਾਬਲੀਅਤ ਮੈਂ ਇਹਨਾਂ ਬੀਬੀਆਂ ਵਿੱਚ ਦੇਖੀ ਹੈ ਮੈਂ ਵੈਸੇ ਸ਼੍ਰੋਮਣੀ ਅਕਾਲੀ ਦਲ ਦੇ ਕਾਫੀ ਮੀਟਿੰਗਾਂ 'ਚ ਬੈਠਦੀ ਰਹੀ ਹਾਂ ਪਰ ਮੈਂ ਆਹ ਜ਼ਰੂਰ ਕਹਿ ਸਕਦੀ ਹਾਂ ਕਿ ਇਹਨਾਂ ਇਹੋ ਜਿਹਾ ਬਰਾਬਰ ਦਾ ਜਜ਼ਬਾ ਉੱਥੇ ਦੇਖਣ ਨੂੰ ਨਹੀਂ ਮਿਲਦਾ ਅਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੇ ਪਿਛਲੀ ਸਰਕਾਰ ਭਾਵੇਂ ਝੂਠੀ ਗਾਰੰਟੀਆਂ ਦੇ 1000 ਰੁਪਿਆਂ ਦੇ ਚੱਕਰ 'ਚ ਬਣਾ ਦਿੱਤੀ ਆਮ ਆਦਮੀ ਦੀ 92 ਸੀਟਾਂ ਆਈਆਂ ਇਹਦੇ ਵਿੱਚ ਬੀਬੀਆਂ ਦਾ ਸਭ ਤੋਂ ਵੱਡਾ ਯੋਗਦਾਨ ਸੀ ਅਤੇ ਸਭ ਤੋਂ ਵੱਡਾ ਧੋਖਾ ਵੀ ਇਸ ਸਰਕਾਰ ਨੇ ਬੀਬੀਆਂ ਦੇ ਨਾਲ ਕੀਤਾ ਹੈਗਾ ਵਾਅਦਿਆਂ ਤੋਂ ਮੁੱਕਰ ਕੇ ਅਤੇ ਉਹੀ ਬੀਬੀਆਂ ਸਰਕਾਰਾਂ ਤੋਂ ਹਿਸਾਬ ਵੀ ਲੈ ਸਕਦੀਆਂ ਕਿਉਂਕਿ ਉਹ ਜੇ ਬਣਾਉਂਦੀਆਂ ਤਾਂ ਗਿਰਾ ਵੀ ਸਕਦੀਆਂ ਨੇ ਅੱਜ ਸਾਡੀ ਬੀਬੀਆਂ ਨੇ ਠਾਣਿਆ ਹੈਗਾ ਕਿ ਇਹ ਸਰਕਾਰ ਨੂੰ ਕਟਹਿਰੇ 'ਚ ਖੜਾ ਕਰਾਂਗੇ ਲੋਕਾਂ ਨੂੰ ਜਾ ਕੇ ਪੁੱਛਾਂਗੇ ਕਿ ਤੁਹਾਨੂੰ ਕਿਹੜੀ ਗਾਰੰਟੀਆਂ ਕਿਹੜੇ ਵਾਅਦੇ ਕੀਤੇ ਸੀ ਅਤੇ ਉਹਨਾਂ ਦਾ ਨਤੀਜਾ ਕੀ ਭਾਵੇਂ ਝੂਠੀ ਸੌਂਹਾਂ ਕਾਂਗਰਸ ਨੇ ਖਾਧੀਆਂ ਨਸ਼ਾ ਖਤਮ ਕਰਨ ਦੇ ਕੈਪਟਨ ਦੀ ਸਰਕਾਰ ਨੇ ਅੱਜ ਕਾਂਗਰਸੀ ਘਰੇ ਆਊਗਾ ਤਾਂ ਉਹਨੂੰ ਵੀ ਪੁੱਛਾਂਗੇ ਵੀ ਤੁਹਾਡੀ ਘਰ ਘਰ ਨੌਕਰੀ ਅਤੇ ਕਰਜ਼ਾ ਮਾਫ਼ ਅਤੇ ਨਸ਼ਾ ਕਿੱਥੇ ਗਿਆ ਅਤੇ ਜਦ ਇਹ ਆਉਣਗੇ ਇਹ ਆਮ ਆਦਮੀ ਪਾਰਟੀਆਂ ਨੇ ਉਹਨਾਂ ਨੂੰ ਵੀ ਪੁੱਛਾਂਗੇ ਪਹਿਲੇ 1000 ਰੁਪਏ ਸਾਡੇ ਇੱਥੇ ਧਰ ਸਾਲ ਦੇ 12,000 ਬੰਦੇ ਨੇ ਇੱਕ ਇੱਕ ਬੀਬੀ ਦੇ ਇੱਥੇ ਧਰ ਉਹਦੇ ਬਾਅਦ ਗੱਲ ਕਰ ਤੇ ਬਾਦਲ ਸਾਹਿਬ ਦੀ ਕੀਤੀ ਹੋਈ ਅੱਜ ਬਾਦਲ ਸਾਹਿਬ ਦੀ ਦਿੱਤੀ ਹੋਈ ਪੈਨਸ਼ਨ ਬੰਦ ਕਰ ਸ਼ਗਨ ਬੰਦ ਕਰਤੀ ਸਕੀਮ ਰੱਦ ਕਰਤੀ ਗਰੀਬਾਂ ਦੀ ਅੱਜ ਪੈਨਸ਼ਨ ਜੇ ਇਹ ਕਹਿੰਦੇ ਸੀਗੇ ਅੱਧਿਆਂ ਦੇ ਕੱਟਤੀ ਹੁਣ ਨੀਲੇ ਕਾਰਡ ਕੱਟੀ ਜਾ ਰਹੇ ਨੇ ਸਾਰੀ ਬਾਦਲ ਸਾਹਿਬ ਦੀ ਚਲਾਈ ਹੋਈ ਖਾਸ ਔਰਤਾਂ ਨੂੰ ਦੇਖਦੇ ਉਹਨੀ ਤਕਲੀਫਾਂ ਘਟਾਉਣ ਵਾਸਤੇ ਇਹਨਾਂ ਦੋਨਾਂ ਸਰਕਾਰਾਂ ਨੇ ਮਿਲ ਕੇ ਔਰਤਾਂ ਦੇ ਨਾਲ ਧੋਖਾ ਕੀਤਾ ਦਗਾ ਕੀਤਾ ਤੇ ਸਕੀਮਾਂ ਨੂੰ ਰੱਦ ਕਰਨ 'ਚ ਲੱਗੇ ਹੋਏ ਨੇ। ਇਹ ਸਾਰੀ ਮਹਿਲਾ ਬ੍ਰਿਗੇਡ ਸੀਗੀ ਅੰਦਰ ਤੇ ਬ੍ਰਿਗੇਡ ਨਹੀਂ ਇਹ ਤਾਂ ਹੁਣ ਮਹਿਲਾ ਬੰਬ ਬਣ ਚੁੱਕੀ ਹੈ ਉਹਨੇ ਕੰਮ ਕਰੂਗੀ ਤਾਂ ਫਿਰ ਇਹਨਾਂ ਦਾ ਕੰਮ ਹੀ ਦੇਖੂਗਾ ਤੁਹਾਨੂੰ। ਇੱਕ ਬੰਦੀ ਸਿੰਘਾਂ ਦਾ ਵੱਡਾ ਮਸਲਾ ਅੱਜ ਚੰਡੀਗੜ੍ਹ ਇੱਕ ਮਾਰਚ ਵੀ ਹੋਇਆ ਅੱਜ ਸੀਐਮ ਆਫਿਸ ਬੜੇ ਸ਼ਰਮ ਦੀ ਗੱਲ ਹੈ ਵੱਡੀ ਵੱਡੀ ਗੱਲਾਂ ਕਰਨ ਵਾਲਾ ਭਗਵੰਤ ਮਾਨ ਤੇ ਇੱਕ ਮੌਕਾ ਮੰਗਣ ਵਾਲਾ ਕੇਜਰੀਵਾਲ ਜਿੱਥੇ ਦਵਿੰਦਰ ਪਾਲ ਸਿੰਘ ਭੁੱਲਰ ਜੀ ਦੀ ਫਾਈਲ ਨੂੰ ਨੱਪ ਕੇ ਬੈਠੇ ਨੇ ਜਿੱਥੇ ਕਿਸੇ ਨੇ ਹੋਰ ਕੰਮ ਨਹੀਂ ਕਰਨਾ ਇਹਨਾਂ ਨੇ ਆਪ ਰਿਹਾ ਕਰਨਾ ਹੈ ਤੇ ਮੀਟਿੰਗ ਦੇ ਉੱਤੇ ਮੀਟਿੰਗ ਨੂੰ ਰੱਦ ਕਰਕੇ ਦਵਿੰਦਰ ਪਾਲ ਸਿੰਘ ਜੀ ਨੂੰ ਬੰਦੀ ਸਿੰਘ ਨੂੰ ਬੰਦ ਕਰਕੇ ਰੱਖਿਆ ਜਿਹੜੇ ਕਿੰਨੇ ਕਿੰਨੇ ਸਾਲਾਂ ਤੋਂ ਬੰਦ ਨੇ ਤੇ ਬਾਕੀ ਬੰਦੀ ਸਿੰਘਾਂ ਨੇ ਜਿਨ੍ਹਾਂ ਨੇ ਆਪ ਦੀ ਸਜ਼ਾਵਾਂ ਨੂੰ ਇੱਕ ਵਾਰੀ ਨਹੀਂ ਦੋ ਦੋ ਤਿੰਨ ਤਿੰਨ ਵਾਰੀ ਪੂਰੀ ਕਰ 30-30 ਸਾਲਾਂ ਤੋਂ ਕੈਦਾਂ ਵਿੱਚ ਇਹ ਬੰਦ ਰੱਖੇ ਗਏ ਨੇ ਅੱਜ ਉਹਨਾਂ ਦੀ ਹਮਾਇਤ ਵਾਸਤੇ ਮਦਦ ਵਾਸਤੇ ਇਹ ਸਾਰੀ ਪਾਰਟੀਆਂ ਦੇ ਮੂੰਹਾਂ ਤੇ ਤਾਲੇ ਲੱਗੇ ਹੋਏ ਨੇ ਤੇ ਕੱਲੇ ਸ਼੍ਰੋਮਣੀ ਅਕਾਲੀ ਦਲ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੀ ਮੁਹਿੰਮ ਬਣਾ ਕੇ ਹਰ ਪੱਖੋਂ ਇਹਨਾਂ ਦੀ ਲੜਾਈ ਲੜ ਰਹੀ ਹੈ ਤਾਂ ਲੜਦੀ ਰਹੂਗੀ ਜਿਸ ਦਿਨ ਤਾਈਂ ਇਹ ਰਿਹਾ ਨਹੀਂ ਕੀਤੇ ਜਾਂਦੇ ਕਿਉਂਕਿ ਗੁਰੂ ਨਾਨਕ ਸਾਹਿਬ ਦੇ 550 ਸਾਲਾਂ 'ਚ ਇਸ ਭਾਜਪਾ ਨੇ ਵਾਅਦਾ ਕਰਕੇ ਅੱਜ ਗੁਰੂ ਦੇ ਨਾਲ ਵੀ ਧੋਖਾ ਕਰ ਰਹੀ ਹੈ ਤੇ ਲੋਕਾਂ ਦੇ ਨਾਲ ਕਿੰਨਾ ਵੱਡਾ ਧੋਖਾ ਇਹਦਾ ਜਵਾਬ ਹੈ ਭਾਜਪਾ ਤੇ ਜਿਹੜੇ ਬਾਕੀ ਪਾਰਟੀਆਂ ਤੋਂ ਉੱਥੇ ਬਣ ਕੇ ਗਏ ਨੇ ਸਿੱਖਾਂ ਦੇ ਮੁੱਦਿਆਂ ਦੀ ਗੱਲ ਕਰਨ ਵਾਸਤੇ ਇਹਦੇ 'ਚ ਚੁੱਪੀ ਕਿਉਂ ਧਾਰੀ ਬੈਠੇ ਨੇ ਸਭ ਤੋਂ ਪਹਿਲੇ ਤਾਂ ਬੰਦੀ ਸਿੱਖਾਂ ਨੂੰ ਰਿਹਾ ਕਰਾ ਕੇ ਦਿਖਾਉਣ ਤਾਂ ਫਿਰ ਲੋਕਾਂ ਨੂੰ ਹੋਰ ਕੋਈ ਕੰਮ ਮਸਲਿਆਂ ਦੀ ਗੱਲ ਕਰਨ